ਲੁਧਿਆਣਾ ਤੋਂ ਇੱਕ ਲੂ ਕੰਡੇ ਖੜੇ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਲੁਧਿਆਣਾ 'ਚ ਕੰਮ ਤੋਂ ਘਰ ਪਰਤ ਰਹੀ ਬਜ਼ੁਰਗ ਔਰਤ 'ਤੇ ਹਮਲਾ ਕਰਕੇ ਉਸਦਾ ਫੋਨ ਖੋਹ ਲਿਆ ਗਿਆ। ਮੋਬਾਈਲ ਖੋਣ ਤੋਂ ਬਾਅਦ ਬਦਮਾਸ਼ ਔਰਤ ਨੂੰ ਐਕਟਿਵਾ ਦੇ ਨਾਲ 1.5 ਕਿਲੋਮੀਟਰ ਤੱਕ ਘੜੀਸ ਕੇ ਲੈ ਗਏ। ਔਰਤ ਲਹੂ ਲਹਾਨ ਹੋ ਗਈ। ਸ਼ਰਾਰਤੀ ਅਨਸਰ ਤੋਂ ਤੇਜ਼ ਰਫ਼ਤਾਰ ਐਕਟਿਵਾ ਸੰਭਾਲੀ ਨਹੀਂ ਗਈ ਅਤੇ ਉਹ ਅੱਗੇ ਰਸਤੇ ਦੇ ਵਿੱਚ ਇੱਕ ਕਾਰ ਨਾਲ ਟਕਰਾ ਗਈ। ਮੁਲਜ਼ਮ ਦਾ ਪਿੱਛਾ ਕਰ ਰਹੇ ਲੋਕਾਂ ਨੇ ਉਸਨੂੰ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਲੁਟੇਰੇ ਨੂੰ ਇਲਾਜ ਲਈ ਨੇੜੇਲੇ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਔਰਤ ਦਾ ਨਾਮ ਪ੍ਰੇਮਿਲਾ ਜੋ 56 ਸਾਲਾਂ ਦੀ ਹੈ, ਜੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ। ਰਾਤ ਕਰੀਬ 9 ਵਜੇ ਕਵਾਲਟੀ ਚੌਂਕ ਤੋਂ ਮਠਾਰੂ ਚੌਂਕ ਵੱਲ ਆਪਣੇ ਘਰ ਉਪਰਤ ਰਹੀ ਸੀ। ਘਰੋਂ ਫੋਨ ਆਉਣ ਕਾਰਨ ਉਹ ਆਪਣੇ ਮੋਬਾਈਲ 'ਤੇ ਗੱਲ ਕਰਦੀ ਹੋਈ ਸੜਕ 'ਤੇ ਤੁਰ ਰਹੀ ਸੀ। ਔਰਤ ਦਾ ਪਿੱਛਾ ਕਰ ਰਹੇ ਐਕਟਿਵਾ ਸਵਾਰ ਨੌਜਵਾਨ ਨੇ ਉਸਦਾ ਮੋਬਾਈਲ ਖੋਹ ਲਿਆ। ਕਾਫ਼ੀ ਜਦੋਜਹਿਦ ਬਾਅਦ ਵੀ ਜਦੋਂ ਔਰਤ ਨੇ ਮੋਬਾਈਲ ਨਹੀਂ ਛੱਡਿਆ ਤਾਂ ਬਦਮਾਸ਼ ਦਾ ਪਿੱਛਾ ਕਰ ਰਹੇ ਲੋਕਾਂ ਨੇ ਕਰੀਬ 1.5 ਕਿਲੋਮੀਟਰ ਦੀ ਦੂਰੀ 'ਤੇ ਉਸਨੂੰ ਫੜ ਲਿਆ। ਔਰਤ ਦੇ ਸਿਰ, ਹੱਥ, ਲੱਤਾਂ ਅਤੇ ਕਮਰ 'ਤੇ ਗੰਭੀਰ ਸੱਟਾਂ ਲੱਗੀਆਂ ਨੇ ਕਿਉਂਕਿ ਔਰਤ ਨੂੰ ਘੜੀਸੇ ਲੱਗੇ। ਮੋਬਾਈਲ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਆ ਗਿਆ। ਐਕਟਿਵਾ 'ਤੇ ਸਵਾਰ ਨੌਜਵਾਨ ਇੰਨੀ ਤੇਜ਼ ਰਫ਼ਤਾਰ ਦੇ ਨਾਲ ਜਾ ਰਿਹਾ ਸੀ ਕਿ ਕੁਝ ਦੂਰੀ 'ਤੇ ਇੱਕ ਵਾਹਨ ਨਾਲ ਜਾ ਟਕਰਾਇਆ। ਜਦੋਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ। ਚਪਟਮਾਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸਦੀ ਐਕਟਿਵਾ ਪੁਲਿਸ ਨੇ ਜ਼ਬਤ ਕਰ ਲਈ। ਸੜਕ 'ਤੇ ਦੇਖ ਕੇ ਔਰਤ ਲਹੂ ਲਹਾਨ ਹੋ ਗਈ। ਉਸਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਰੇ, ਅਸੀਂ ਨਾ ਇਧਰੋਂ ਮਠਾੜੇ ਚੌਂਕ ਤੋਂ ਨਾ ਉੱਧਰ ਜਾ ਰਹੇ ਕੁਆਲਟੀ ਚੌਂਕ ਨਹੀਂ, ਤੇ ਕੇਕੇ ਦੇ ਕੋਲੋਂ ਨਾ ਇੱਕ ਮੁੰਡਾ ਐਕਟਿਵਾ ਦੇ ਪਿੱਛੇ, ਆਂਟੀ ਪਤਾ ਨਹੀਂ ਉਹਨੇ ਕੋਈ ਆਂਟੀ ਨੇ ਐਕਟਿਵਾ ਫੜੀ ਸੀ, ਪਤਾ ਨਹੀਂ ਕੀ ਹੋਇਆ ਸੀਗਾ, ਬੜੀ ਸਪੀਡ ਨਾਲ ਆਇਆ ਉੱਥੋਂ। ਅਸੀਂ ਜਦੋਂ ਯੂਟਰਨ ਮਾਰਿਆ ਤੇ ਵਿੱਚ ਫਸੀ ਹੋਈ ਸੀ, ਪਤਾ ਨਹੀਂ ਆਂਟੀ ਨੇ ਐਕਟਿਵਾ ਫੜੀ ਹੋਈ ਸੀਗੀ। ਅਸੀਂ ਸਾਰੇ ਫਟਾਫਟ ਭੱਜੇ ਭੱਜੇ ਆਏ ਆ, ਠੀਕ ਹੈ। ਐਕਟਿਵਾ ਦੇ ਮੋਟਰਸਾਈਕਲ ਸੀਗਾ ਮੇਰੇ ਕੋਲ, ਮੋਟਰਸਾਈਕਲ ਯੂਟਰਨ ਮਗ ਵਾਪਸ ਆਏ ਜਦੋਂ ਇੱਥੇ ਮਠਾੜੇ 'ਚ ਪਹੁੰਚਿਆ ਸੀ, ਜੋ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਆਂਟੀ ਦੇ ਪੂਰੇ ਸੱਟਾਂ ਵੱਜੀਆਂ, ਛਿੱਲੇ ਹੋਏ ਪੂਰੇ। ਉਹ ਮੁੰਡਾ ਕਹਿ ਰਿਹਾ ਕਿ ਫੋਨ ਖੋਇਆ ਸੀ ਕੋਈ, ਕਹਿੰਦਾ ਉਹਨੇ ਜਿਹੜਾ ਆਂਟੀ ਜਿਹੜਾ ਕੰਮ ਡਿਊਟੀ ਆ ਜਿਹੜਾ ਆਪਣਾ ਬੈਗ ਪਾਇਆ ਸੀਗਾ, ਹਾਂਜੀ, ਉਹ ਕਿਤੇ ਲੁੱਟ ਕੀਤੀ ਕਹਿੰਦੇ ਉਹਨੇ। ਅਤੇ ਇੱਕ ਮੁੰਡੇ, ਦੋ ਤਿੰਨ ਮੁੰਡੇ ਪਿੱਛੇ ਗਏ ਉਹਦੇ ਮਗਰ ਇੱਕ ਮੁੰਡੇ ਨੂੰ। ਮੇਰੇ ਸਾਨੂੰ ਤਾਂ ਅੱਜ ਤਾਂ ਇਹੀ ਕਹਿੰਦੇ ਆ, ਜਿਹੜੇ ਬੰਦੇ ਚੋਰੀ ਚੁਕਾਰੀ ਕਰਦੇ ਆ ਨਾ, ਜੋ ਸਰਕਾਰ ਕਹਿੰਦੀ ਹੈ ਨਾ ਐਕਸ਼ਨ ਲੈਣਾ ਚਾਹੀਦਾ, ਪਰ ਸਰਕਾਰ ਐਕਸ਼ਨ ਲੈਂਦੀ ਨਹੀਂ ਹੈਗੀ, ਲੈ ਕੇ ਛੱਡ ਦਿੰਦੀ ਹੈ, ਪੈਸੇ ਦਿੱਤੇ ਛੱਡਤੇ। ਇਸ ਤੋਂ ਇਹੋ ਜਿਹੇ ਲੋਕਾਂ ਨੂੰ ਔਨ ਦੀ ਸਪੋਰਟ ਸਜ਼ਾ ਦੇਣੀ ਚਾਹੀਦੀ ਇਹਨਾਂ ਨੂੰ। ਮੈਂ ਕੁਆਲਟੀ ਚੌਂਕ 'ਚ ਦੇਖਦੇ ਆ ਰਿਹਾ ਸੀ, ਐਕਟਿਵਾ 'ਤੇ ਬਹੁਤ ਸਪੀਡ 'ਤੇ ਐਕਟਿਵਾ ਜਾ ਰਹੀ ਸੀ, ਪਿੱਛੇ ਇੱਕ ਲੇਡੀ ਸੀ, ਮਤਲਬ ਉਹਦੇ ਵਾਲ ਲਪੇਟੇ ਸੀ ਨਾ ਪਿਛਲੇ ਟਾਇਰ ਨਾਲ, ਉਹ ਘੜੀਸਦਾ ਬੰਦੇ ਨੂੰ, ਅਸੀਂ ਉਹਨੂੰ ਚੇਸ ਕਰਦੇ ਆ ਰਹੇ, ਬੰਦੇ ਨੂੰ ਪਿੱਛੋਂ ਆਵਾਜ਼ਾਂ ਮਾਰਦੇ ਨੇ, ਬਿਲਕੁਲ ਨਸ਼ੇ 'ਚ ਸੀ, ਉਹ ਫੋਨ ਸ਼ਾਇਦ ਖੋ ਕੇ ਆ ਰਹੇ ਸੀ ਉਹਦਾ, ਉੱਥੇ ਜਾ ਕੇ ਰੁਕ ਗਿਆ, ਇੱਥੇ ਜਾ ਕੇ ਫਸਿਆ ਉਹ ਮੁੰਡਾ, ਮਤਲਬ 1.5-2 ਕਿਲੋਮੀਟਰ ਤੋਂ ਪਿੱਛੋਂ ਘੜੀਸਦਾ ਲੈ ਕੇ ਆ ਰਿਹਾ ਲੇਡੀਜ਼ ਨੂੰ। ਉਹ ਬਜ਼ੁਰਗ ਹੈਗੀ ਆ, ਸ਼ਾਇਦ ਲੋਕਾਂ ਦੇ ਘਰਾਂ 'ਚ ਕੰਮ ਕਰਦੀ, ਬਹੁਤ ਬੁਰੀ ਹਾਲਤ ਆ ਉਹਦੀ, ਇੱਕਦਮ 80-90 ਸਪੀਡ 'ਤੇ ਬਿਲਕੁਲ ਰਸ਼ 'ਚ ਘੜੀਸਦਾ ਲੈ ਕੇ ਜਾ ਰਿਹਾ ਉਹਨੂੰ ਲੇਡੀਜ਼ ਨੂੰ। ਹਾਂ, ਫੋਨ ਖੋ ਰਿਹਾ ਸੀ ਉਹਦਾ, ਫੋਨ ਪੂਰਾ ਟੁੱਟ ਗਿਆ, ਫੋਨ ਖੋ ਰਿਹਾ ਸੀ ਉਹਦਾ। ਹਾਂ, ਫੋਨ ਆ ਰਿਹਾ ਸੀ, ਮੈਨੂੰ ਇੰਨਾ ਨਹੀਂ ਪਤਾ, ਬਸ ਮੈਂ ਨਹਿਰ ਤੋਂ ਉਹਨੂੰ ਚੇਸ, ਨਹਿਰ ਤੋਂ ਪਿੱਛੇ ਥੋੜ੍ਹੀ ਪਿੱਛੇ ਤੋਂ ਉਹ ਘੜੀਸਦਾ ਰਿਹਾ ਸੀ, ਕੁਆਲਟੀ ਚੌਂਕ ਮੇਰੀ ਦੁਕਾਨ, ਉੱਥੋਂ ਦੀ ਮੈਂ ਦੇਖਿਆ ਉਹਨੂੰ। ਨਹੀਂ, ਉਹ ਐਕਟਿਵਾ ਦੇ ਸੀਗੇ, ਐਕਟਿਵਾ ਨੰਬਰ ਵੀ ਹੈਗਾ ਵਾ। ਉਹ ਇਕੱਲਾ ਬੰਦਾ ਸੀ, ਸਿੰਗਲ ਬੰਦਾ ਸੀ, ਨਸ਼ੇੜੀ ਜਿਹਾ ਲੱਗ ਰਿਹਾ ਸੀ। ਹਾਂ, ਇਕੱਲਾ ਹੀ ਸੀਗਾ, ਕੈਬ ਪੂਰੀ ਹੁੱਡ ਪਈ ਹੋਈ ਸੀ। ਹਾਂ, ਹੁੱਡ ਪਈ ਹੁਣ ਤੋਂ ਠੀਕ ਹੈ, ਮੈਂ ਸਿਵਲ ਲੈ ਕੇ ਜਾ ਰਿਹਾ, ਸੋਲ ਭਾਈ ਨੇ ਦਵਾਈ ਦਵੂਈ ਕੀਤੀ ਹੈ, ਪਰ ਉਹਨੂੰ ਸਿਵਲ ਲੈ ਕੇ ਜਾਣਾ ਪੈਣਾ, ਹਾਂ, ਫਸਟ ਏਡ ਦੇਤੀ ਹੈ, ਆਏ ਸੀ ਪੁਲਿਸ ਵਾਲੇ, ਦੇਖ ਕੇ ਚਲੇ ਗਏ ਨੇ। ਸ਼ਿਮਲਾ ਪੁਰੀ ਐਕਚੁਲੀ ਆਹ ਜੋ ਏਰੀਆ ਨੇ, ਇਸ ਟਾਈਮ ਬੜਾ ਬੁਰਾ ਹਾਲ ਹੋ ਚੁੱਕਾ, ਦੁਕਾਨਾਂ ਤੇ ਚੋਰੀ ਹੋ ਰਹੀ, ਨਾਰਮਲ ਸਾਡੀ ਆਪ ਸ਼ੋਪ 'ਤੇ ਦੋ ਵਾਰੀ ਚੋਰ ਹੋ ਚੁੱਕੇ, ਕੋਈ ਉਹ ਲੇਡੀਜ਼ ਨੂੰ ਰੇਡੇ ਤੇ ਪਾਤਾ, 1-2 ਬੰਦਿਆਂ ਨੇ ਸਾਥ ਦਿੱਤਾ ਤੇ ਭਾਈ ਨੇ ਸਾਥ ਦਿੱਤਾ, ਨਹੀਂ ਤਾਂ ਲੇਡੀਜ਼ ਨੂੰ ਰੇਡੇ 'ਚ ਛੱਡਤਾ ਉਹਨਾਂ ਨੇ। ਨਹੀਂ, ਮੈਂ ਤਾਂ ਚੇਸ ਕਰ, ਮੇਰਾ ਕੰਮ ਸੀ ਜਿੰਨਾ ਕੁ ਮੈਂ ਹਿਊਮੈਨਿਟੀ ਕਰਤਾ, ਮਤਲਬ ਕਾਫੀ ਬੰਦਿਆਂ ਨੇ ਸਾਥ ਦਿੱਤਾ, ਰੋਕਿਆ, ਪਰ ਉਹ ਬੰਦਾ ਫੜਿਆ ਨਹੀਂ ਗਿਆ। ਜੇ ਕੋਈ ਪਿੱਛੋਂ ਦੀ ਉਹਨੂੰ ਕੋਈ ਰੋਕਦਾ, ਸ਼ਾਇਦ ਇੰਨੀ ਦੂਰ
ਜ਼ਰੂਰ ਆਉਂਦੀ ਵੀ ਇਹਨਾਂ ਨੂੰ ਘੜੀ ਸਦਾ ਨਹੀਂ ਕੋਈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।